ਬਠਿੰਡਾ ਵਿੱਚ 올 ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਸ ਯਾਨੀ ਐਮਜ਼ ਇੱਕ ਇਤਿਹਾਸਕ ਪਲ ਦਾ ਗਵਾਹ ਬਣ ਲੇ ਤਿਆਰ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਲਕੇ ਵਰਚੁਅਲ ਟੰਗਨਾਲ ਇਸ ਸੰਸਾਰ ਰਾਸ਼ਟਰ ਨੂੰ ਸਮਰਪਿਤ ਕਰਨਗੇ ਇਸ ਅਹਿਮ ਮੌਕੇ ਤੇ ਦੇਸ਼ ਭਾਰਵੇ ਚ ਚਾਰ ਹੋਰ ਐਮਜ਼ ਸੁਪੀਤਾਮਾ ਦਾ ਵਰਚੁਅਲ ਟੰਗਨਾਲ ਉਦਘਾਟਨ ਵੀ ਇਸ ਦੇ ਨਾਲ ਹੀ ਹੋਵੇਗਾ 925 ਕਰੋੜ ਰੁਪਏ ਦੀ ਸ਼ੁਰੂਆਤੀ ਪ੍ਰੋਜੈਕਟ ਲਾਗਤ ਨਾਲ 170 ਏਕੜ ਵਿੱਚ ਫੈਲਿਆ ਐਮਜ਼ ਬਠਿੰਡਾ ਸੇਤ ਸੰਬਾਦ ਸਸਥਾ ਉਦਮਤਾ ਦਾ ਪ੍ਰਤੀਕ ਹੈ ਇਸ ਇੰਸਟੀਚਿਊਟ ਵਿੱਚ 750 ਬਿਸਤਰਿਆਂ ਵਾਲਾ ਕੰਪਲੈਕਸ ਹੈ ਜਿਸ ਵਿੱਚ ਐਮਰਜੈਂਸੀ ਦੇਖਪਾਲ, ਟ੍ਰੋਮਾ, ਆਈਸੀਯੂ ਅਤੇ ਸੁਪਰ ਸਪੈਸ਼ੈਲਿਟੀ ਇਲਾਜ ਲਈ ਵਿਸ਼ੇਸ਼ ਯੂਨਿਟ ਨੇ ਮੋਡਿਊਲਰ ਆਪਰੇਸ਼ਨ ਥੀਏਟਰ ਦੇ ਨਾਲ ਇੱਕ ਅਤਿ ਆਧੁਨਿਕ ਆਈਸੀਯੂ ਵੀ ਬਣਾਇਆ ਗਿਆ ਹੈ ਜਿਸ ਦੀ ਖਾਸੀਅਤ ਇਹ ਹੈ ਕਿ ਇਸ ਵਿੱਚ 24 ਘੰਟੇ ਡਾਕਟਰੀ ਦੇਖਭਾਲ ਦੇ ਉੱਚ ਮਿਆਰਾਂ ਨੂੰ ਯਕੀਨੀ ਬਣਾਇਆ ਜਾਵੇਗਾ ਇਸ ਦੇ ਨਾਲ ਨਾਲ ਐਮਜ਼ ਪਠਿੰਡਾ ਭਵਿੱਖ ਦੇ ਮੈਡੀਕਲ ਪੇਸ਼ੇਵਰਾਂ ਨੂੰ ਸਿਖਲਾਈ ਦੇਣ ਦੀ ਵਚਨਬੱਧ ਹੈ ਇਸ ਵੇਲੇ ਸਾਲਾਨਾ 100 ਮੈਡੀਕਲ ਕਾਲਜ ਸੀਟਾਂ ਤੇ 60 ਨਰਸਿੰਗ ਕਾਲਜ ਸੀਟਾਂ ਦੀ ਪੇਸ਼ਕਸ਼ ਕੀਤੀ ਜਾਂਦੀ ਹੈ